ਭੈਣ ਭਰਾ ਹੋ ਭਾਈ ਨੌ ਭੈਣ ਭਰਾ ਵਾ ਆ ਤੇ ਫਿਰ ਉਹਨੇ ਕਿੱਥੋਂ ਪਾਣੀ ਚੁੱਕਣਾ ਨੌ ਪੰਜ ਚਾਰ ਭਰਾ ਮਰਵਾ ਦਾਂ ਫਿਰ ਪਾਣੀ ਚੁੱਕ ਲੂੰਗਾ ਜਿਹੋ ਜਿਹੀਆਂ ਤੁਹਾਡੀਆਂ ਸ਼ਕਲਾਂ ਨਾ ਇਹ ਪਾਣੀ ਤੁਹਾਨੂੰ ਵੇਖ ਕੇ ਥੱਲੇ ਚਲਾ ਗਿਆ ਕਿਤੇ ਇਹ ਕਿਹੜੀ ਗੱਲ ਹੋਈ ਨੌ ਭਰਾ ਵਾ ਤੇ ਪਾਣੀ ਇਹਨੇ ਕਿਉਂ ਚੁੱਕਣਾ ਲੈ ਆ ਲੈ ਆ ਕਪੈਸਟਰ ਦਾ ਵੇਖ ਕੀ ਹਾਲ ਕੀਤਾ ਤੁਸੀਂ ਉਹ ਯਾਰ ਅਸੀਂ ਦੰਦੀ ਵੱਢਦੀ ਆ ਕਪੈਸਟਰ ਨੂੰ ਵੇਚ ਹੀ ਲੱਗਾ ਵਾ ਚਲਾਉਂਦੇ ਹੀ ਆ ਅਸੀਂ ਨਹੀਂ ਤਾਂ ਵੀਰੇ ਆ ਵੇ ਆ ਸੜਿਆ ਪਿਆ ਸਾਰਾ ਹੀ ਇਹਨੇ ਕਿੱਥੋਂ ਚੁੱਕਣਾ ਪਾਣੀ ਤੇਰੀਆਂ ਤੇ ਗੱਲਾਂ ਸੁਣ ਕੇ ਵੀ ਮੇਰਾ ਦਿਲ ਸੜਿਆ ਪਿਆ ਅਗਰ ਤੁਹਾਨੂੰ ਖੁੱਲ੍ਹਾ ਪਾਣੀ ਚਾਹੀਦਾ ਨਾ ਤੁਸੀਂ ਨਹਿਰ ਤੇ ਘਰ ਲੈ ਲਓ ਉਹ ਯਾਰ ਪਾਣੀ ਵੀਰੇ ਥੱਲੇ ਚਲਾ ਗਿਆ ਬਹੁਤ ਉਹ ਥੱਲੇ ਕਿਹੜਾ ਬੇਸਮੈਂਟ ਅਸੀਂ ਗੋਤਾ ਮਾਰ ਲਈਏ ਪਾਣੀ ਦੇ ਥੱਲੇ ਜ਼ਮੀਨ 'ਚ ਹੁਣ ਘੱਟ ਤੋਂ ਘੱਟ ਨਾ 200 ਤੇ 250 ਦੇ ਲੋਕੀ ਲਵਾ ਰਹੇ ਮੋਟਰ ਅੰਦਰ ਹੀ ਸੁੱਟ ਦਿੰਦੇ ਆ ਉਹ ਫਿਰ ਪਾਣੀ ਚੁੱਕਦੀ ਆ ਅਗਰ ਤੁਹਾਨੂੰ ਉਹ ਅਸੀਂ ਦੇ ਦਈਏ ਉਹ ਕਰਾ ਲਓ ਤੁਸੀਂ ਨਹੀਂ ਭਾਈ ਉਹਦਾ ਤੇ ਖੂਹ ਦਾ ਹੀ ਬੜਾ ਖਰਚਾ ਆਉਂਦਾ ਵਾ ਥੱਲੇ ਫਿਰ ਥੱਲੇ ਖੂਹ ਦਾ ਕੀ ਖੁਸਰੇ ਲੈਣੇ ਮੋਟਰਸਾਈਕਲ ਲੈਣੇ ਤੇ ਮੌਤ ਦਾ ਖੂਹ ਬਣਾਉਣ ਲੱਗਾ ਖੂਹ ਲੋਕਾਂ ਨੇ ਕੱਢਣਾ ਯਾਰ ਉਹ ਯਾਰ ਉਹ ਕੱਢਦੇ ਨਹੀਂ ਥੱਲੇ ਮੋਟਰ ਲਾਉਣ ਲਈ ਉਹ ਤੇ ਇੱਕ ਮੈਂ ਤੈਨੂੰ ਮਸ਼ਵਰਾ ਦੇਣਾ ਵਾ ਇਹ ਸਾਡੀ ਅਲਹਮਦੁਲਿਲਾ ਬਹੁਤ ਪੁਰਾਣੀ ਦੁਕਾਨ ਆ ਤੂੰ ਪੰਪਾਂ ਵਾਲਾ ਕਿ MBBS ਤੂੰ ਮਸ਼ਵਰਾ ਦੇ ਲਾ ਪਹਿਲਾਂ ਮੈਨੂੰ ਵੀਰੇ ਬਿਜਲੀ ਵੀ ਜਿਹੜੀ ਘੱਟਦੀ ਵੱਧਦੀ ਨਾ ਉਹਦੇ ਨਾਲ ਵੀ ਪੰਪ ਸੜ ਜਾਂਦੇ ਆ ਘਰ ਦੀਆਂ ਚੀਜ਼ਾਂ ਸੜ ਜਾਂਦੀਆਂ ਫਰਿੱਜ ਸੜ ਜਾਂਦੇ ਆ ਮੂੰਹ ਸੜ ਜਾਂਦੇ ਆ ਹੈਲੋ ਇਸਤਰੀ ਰਹਿ ਯਾਰ ਸਮਝਦਾ ਨਾ